ओ क्यों मंदा आखिए जित जम मै राज मैं राजिंदर रोजी श्री गुरु नानक देव जी की और ईश्वर की कृपा हम सभी पर बनी रहे इसी मंगल भावना के साथ ये बहुत ही हर्ष की बात है कि अगर युवा पीढ़ी उर्दू का उच्चारण इतने खूबसूरत ढंग से करती है तो ये हम सभी के लिए समाज के लिए संस्कृति के लिए सभ्याचार के लिए और भक्ति रस के कवियों के लिए भी ये बहुत ही गर्व का विषय है जैसा कि आप सभी जानते हैं ये सर्व विदित है कि यह कार्यक्रम दिव्य चैनल के लिए काव्य के कई रूप होते हैं नजम गजल गीत और जैसे हम समग्रता से काव्य का नाम दे देते हैं हमारे पास स्थानीय नहीं राजकीय नहीं शासकीय नहीं राष्ट्रीय नहीं अंतरराष्ट्रीय मंचों से ख्याति लब्ध कवि भी उपस्थित हैं, तो मैं सबसे पहले एक नाम जिसको मैं दावते सुखन दे रही हूं वो किसी जान पहचान या परिचय का मोहताज नहीं हम सभी उनकी काव्य प्रतिभा से भली भांति परिचित हैं, और ये हमारे लिए हर्ष की बात है कि वो हमारे ही अपने हैं हमारे बीच में ही विचरते रहते हैं तो मैं भूपिंदर मटोरिया जी को दावते सुखन दे रही हूँ कि वो गुरु नानक देव जी के ਜਸ ਗਾਇਨ ਆਪਣੇ ਸ਼ਬਦome ਕਰੇ ਆਪਣੇ ਸ਼ਬਦome ਅਕੀਦਤ ਕੇ ਸ਼ਬਦ ਉਹਨੇ ਅਰਪਿਤ ਕਰੇ ਭੁਪਿੰਦਰ ਮਟੋਰੀਆ ਜੀ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚੰਨ ਹੋਇਆ ਸਹਿਸ ਦੇ ਤੌਰ ਤੇ ਵੀ ਜੇ ਵੇਖੀਏ ਜਦੋਂ ਧੁੰਦ ਆ ਜਾਂਦੀ ਹੈ ਤਾਂ ਸੂਰਜ ਵੀ ਲੁੱਕ ਜਾਂਦਾ ਉਹਦਾ ਵੀ ਚੰਨ ਨਸੀਬ ਨਹੀਂ ਹੁੰਦਾ ਇਹ ਆਪਣੇ ਆਪ ਸੋਚਣ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿੰਨੇ ਸ਼ਕਤੀਸ਼ਾਲੀ ਕਿੰਨੇ ਰੋਸ਼ਨੀ ਵਾਲੇ ਸੀ ਕਿ ਤੁੰਦ ਤੋਂ ਤੁੰਦਵੇ ਉਹਨਾਂ ਦੇ ਆਉਣ ਨਾਲ ਦੂਰ ਹੋ ਗਏ ਭਾਈ ਗੁਰਦਾਸ ਜੀ ਨੇ ਠੀਕ ਲਿਖਿਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਨਹੀਂ ਧੁੰਦ ਦਾ ਕੋਈ ਇਲਾਜ ਨਹੀਂ ਪਰ ਮੇਰੇ ਸਹਬ ਦੇ ਆਣ ਨਾਲ ਅਗਿਆਨਤਾ ਦਾ ਜਿਹੜਾ ਹਨੇਰਾ ਸੀ ਜਗ ਤੋਂ ਦੂਰ ਹੋਇਆ ਅਸੀਂ ਆਮ ਗੀਤਾਂ ਰਾਹੀਂ ਬਚਪਨ ਤੋਂ ਲੈ ਕੇ ਅਸੀਂ ਸੁਣਦੇ ਹੀ ਰਹੇ ਹਾਂ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖਾਂ ਦੀ ਪਹਿਲੀ ਬਾਤ ਸ਼ਾਹੀ ਜਿੱਥੋਂ ਸਿੱਖਤਾਰਨ ਸ਼ੁਰੂ ਹੁੰਦਾ ਜਦੋਂ ਜਨਮ ਸਾਖੀ ਨੂੰ ਪੜ੍ਹ ਕੇ ਵੇਖੋ ਤਾਂ ਮੇਰੇ ਪਾਸ਼ਾ ਨੇ ਚਾਰ ਉਦਾਸੀਆਂ ਕੀਤੀਆਂ ਅਨੇਕਾਂ ਥਾਂ ਤੇ ਜਾ ਕੇ ਉਹਨਾਂ ਨੂੰ ਮਾੜੇ ਬੰਦੇ ਵੀ ਮਿਲੇ ਜੋਰ ਜਵਰ ਵਾਲੇ ਵੀ ਮਿਲੇ ਪਰ ਮੇਰੇ ਪਾਸ਼ਾ ਨੇ ਇੱਕੋ ਸੁਨੇਹਾ ਦਿੱਤਾ ਪਿਆਰ ਦਾ ਪਿਆਰ ਨਾਲ ਦੁਨੀਆ ਜਿੱਤੀ ਜਾ ਸਕਦੀ ਹੈ ਤੇ ਹਰੇਕ ਤਾਂ ਇਹੀ ਸੰਦੇਸ਼ ਦੇ ਕੇ ਗਿਆ ਭਾਈ ਇਕੱਠੇ ਬੈਠ ਕੇ ਰੱਬ ਦਾ ਨਾਮ ਲਾਓ ਤੇ ਧਰਮਸ਼ਾਲਾ ਬਣਾਓ ਤੇ ਇੱਥੇ ਰੱਬ ਦਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਉਸੇ ਸਬੰਧ ਚ ਮੈਂ ਇੱਕ ਗੀਤ ਤੁਹਾਡੀ ਨਜ਼ਰ ਕਰਨ ਲੱਗਿਆ ਐ ਨਨਕਾਣੇ ਵਾਲੇ ਆਪਿਰਾ ਮੁੜ ਕੇ ਫੇਰ ਆਪ ਜਾਵੇ ਡੁੱਬਦੀ ਜਾਂਦੀ ਦੁਨੀਆਂ ਸਾਰੇ ਆਕੇ ਪਾਰ ਲੰਗਾ ਜਾਵੇਂ ਐਨਨ ਕਾਣੇ ਵੜਿਆ ਪਿਰ ਅੱਜ ਨਾਨਕ ਤੇਰੀ ਦੁਨੀਆਂ ਅੰਦਰ ਸਾਰੇ ਕੁੜਪਸਾਰਾ ਏ ਮਾਨਵਤਾ ਦਾ ਭਟਕਿਆ ਬੇੜਾ ਲਬਜ਼ਾਂ ਨਹੀਂ ਕਿ ਨਹਰਾਏ ਪਾਕੇ ਨਜ਼ਰ ਮਹਿਰਦੀ ਦਾਤਾ ਪਾਕੇ ਨਜ਼ਰ ਮਹਿਰਦੀ ਦਾਤਾ ਬੇੜਾ ਬੰਨੇ ਲਾ ਜਾਵੇਂ ਡੁੱਬਦੀ ਜਾਂਦੀ ਦੁਨੀਆਂ ਸਾਰੇ ਆਕੇ ਪਾਰ ਲਗਾ ਜਾਵੇ ਹੈ ਨਨਕਾਣੀ ਵੜਿਆ ਪੀਰਾ ਅੱਜ ਨਨਕ ਤੇਰੇ ਲਾਲੋ ਉੱਤੇ ਪਾਗੋ ਜ਼ੁਲਮ ਘਮਾਉਂਦੇ ਨੇ ਅਤੀ ਸੁੰਦਰ ਦੇਹਦਰ ਮੰਦੀ ਗੱਲ ਮਖਾ ਕੇ ਹਕ ਬਗਾਨਾ ਖਾਂਦੇ ਨੇ ਅੱਜ ਨਾਨਕ ਤੇਰੇ ਲਾਲੋ ਉੱਤੇ ਭਾਗੋ ਜ਼ੁਲਮ ਕਮਾਉਂਦੇ ਨੇ ਦਿਆ ਧਰਮ ਦੇ ਗਲ ਮੁਕਾਕੇ ਹਕ ਬਗਾਨਾ ਖਾਂਦੇ ਨੇ ਵਲੇ ਜਹੇ ਹੰਕਾਰੀਆਂ ਤਾਂ ਹੀ ਬਲੀਜੇ ਹੰਕਾਰੀਆਂ ਤਾਆਂ ਆਕੇ ਫੇਰ ਬਚਾ ਜਾਵੇਂ ਡੁੱਬਦੀ ਜਾਂਦੀ ਦੁਨੀਆਂ ਸਾਰੇ ਆਕੇ ਪਾਰ ਲੰਘਾ ਜਾਵੇਂ ਐ ਨਨਕਾਣੇ ਵੜਿਓ ਪੀਰਾ ਅੱਜ ਕੱਲ ਕੀ ਹੋ ਰਿਹਾ ਉੱਚ ਨੀਂਦ ਦੇ ਝਗੜ ਚੱਲਦੇ ਨੇ ਜਾਤ ਪਾਤ ਦੇ ਝਗੜ ਚੱਲਦੇ ਨੇ ਉੱਚ ਨੀਚ ਦੀਆਂ ਗੱਲਾਂ ਤੁਰਿਆ ਜਾਤ ਪਾਤ ਦੇ ਝਗੜੇ ਨੇ ਸਖਤ পাপ ਕਮਾਈ ਜਾਂਦੇ ਅੱਜ ਮਾੜੇ ਨੂੰ ਰਗੜੇ ਨੇ ਉੱਚ ਨੀਚ ਦੀਆਂ ਗੱਲਾਂ ਤੁਰਿਆ ਜਾਤ ਪਾਤ ਦੇ ਝਗੜੇ ਨੇ ਸਖਤੇ ਪਾਪ ਕਮਾਈ ਜਾਂਦੇ ਅਜਮੜੇ ਨੂੰ ਰਗੜੇ ਨੇ ਇੱਕ ਪਿਤਾ ਇੱਕ ਇਸਕੇ ਹਮਾਰਕ ਇੱਕ ਪਿਤਾ ਇੱਕ ਇਸਕੇ ਹਮਾਰਕ ਸਭ ਨੂੰ ਇਹ ਸਿਖਾ ਜਾਵੇ ਡੁੱਬਦੀ ਜਾਂਦੀ ਦੁਨੀਆਂ ਸਾਰੇ ਆਕੇ ਪਾਰ ਲੰਘਾ ਜਾਵੇ ਐਨਨ ਕਾਣੇ ਵੜੇ ਅਪੀਰਾ ਲੋਭ ਈਰਖਾ ਸਾੜਾ ਹਰਤਾ ਪਿਆਰ ਦੇ ਲਾਚੋ ਮੁੱਕ ਗਿਆ ਜੋਰ ਜ਼ੁਲਮ ਦੀ ਗਰਦਿਸ਼ ਐਸੀ ਸੱਚ ਦਾ ਸੂਰਜ ਲੁੱਕ ਗਿਆ ਸੱਚ ਦਾ ਸੂਰਜ ਲੁੱਕ ਗਿਆ ਲੋਭ ਈਰਖਾ ਸਾੜਾ ਹਰਤਾ ਪਿਆਰ ਦਿਲਾਂ ਚੋਂ ਮੁੱਕ ਗਿਆ ਜੋਰ ਜ਼ੁਲਮ ਦੀ ਗਰਦਜ ਐਸੀ ਸੱਚ ਦਾ ਸੂਰਜ ਲੁੱਕ ਗਿਆ ਮਟੌਰ ਵਾਲੇ ਨੂੰ ਬਖਸੀ ਚੰਨਣ ਮਟੌਰ ਵਾਲੇ ਨੂੰ ਬਖਸੀ ਚੰਨਣ ਸਿੱਧੇ ਰਾਹੇ ਪਾ ਜਾਵੇਂ ਡੁੱਬਦੀ ਜਾਂਦੀ ਦੁਨੀਆਂ ਸਾਰੇ ਆਕੇ ਪਾਰ ਲੰਘਾ ਜਾਵੇਂ ਐ ਨਨਕਾਣੇ ਵਾਲਿਆ ਪੀਰਾ ਐ ਨਨਕਾਣੇ ਵਾਲਿਆ ਪੀਰਾ ਮੁੜਕੇ ਫੇੜਾ ਪਾ ਜਾਵੇਂ ਡੁੱਬਦੀ ਜਾਂਦੀ ਦੁਨੀਆਂ ਸਾਰੇ ਆਕੇ ਪਾਰ ਲੰਘਾ ਜਾਵੇਂ ਐ ਨਨਕਾਣੇ ਵੜਿਆ ਪੀਰਾ ਐ ਨਨਕਾਣੇ ਵੜਿਆ ਪੀਰਾ ਐ ਨਨਕਾਣੇ ਵੜਿਆ ਪੀਰਾ ਮੈਂ ਜੋ ਇਸ ਤਰ੍ਹਾਂ ਇੱਕ ਕਵਤਾ ਲਿਖੀ ਹੋਈ ਹੈ ਉਹ ਹੈ ਗੁਰਬਾਣੀ ਦੇ ਬਾਰੇ ਦੇ ਵਿੱਚ ਉਹ ਗੁਰੂ ਨਾਨਕ ਸਾਹਿਬ ਨੇ ਹੀ ਇਹ ਗੁਰਬਾਣੀ ਜਿਹੜੀ ਹੈ ਸ਼ੁਰੂਆਤ ਕੀਤੀ ਸੀ ਜਿਸ ਤਰ੍ਹਾਂ ਕੋਈ ਵੀ ਆਪਾਂ ਇਮਾਰਤ ਖੜੀ ਕਰਦੇ ਆਂ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਕਿਸੇ ਤੋਂ ਨੀ ਪੱਥਰ ਰਖਾਇਆ ਜਾਂਦਾ ਹੈ ਤਾਂ ਉਸੇ ਨੀ ਪੱਥਰ ਰੱਖਣ ਦੇ ਮੁਤਾਬਕ ਆਪਣਾ ਸਭ ਤੋਂ ਪਹਿਲਾਂ ਗੁਰਬਾਣੀ ਦੀ ਜਿਹੜੀ ਸ਼ੁਰੂਆਤ ਕੀਤੀ ਸੀਗੀ ਆਪਣੇ ਗੁਰੂ ਨਾਨਕ ਸਾਹਿਬ ਨੇ ਇਹ ੴ ਤੋਂ ਸ਼ੁਰੂ ਕੀਤੀ ਸੀ ਤੇ ਜੋ ਸਾਡੇ ਸਾਹਮਣੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪੇ ਵਿੱਚ ਸਜਵਤ ਹੈ ਤੇ ਅਸੀਂ ਉਸ ਦਾ ਬਹੁਤ ਹੀ ਆਪਣੇ ਤਹਿ ਦਿਲੋਂ ਸਤਿਕਾਰ ਕਰਦੇ ਹਾਂ ਇਸੇ ਤਰ੍ਹਾਂ ਕਥਾ ਜੋ ਹੈ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਉਸ ਤੋਂ ਜੋ ਸਿੱਖਿਆ ਮਿਲਦੀ ਹੈ ਉਸ ਦੇ ਬਾਰੇ ਦੇ ਵਿੱਚ ਆਪਣੀ ਸ਼ਬਦਾਵਲੀ ਦੇ ਵਿੱਚ ਕੁਝ ਕਹਿਣ ਜਾ ਰਿਹਾ ਜੇਰਾ ਗੌਰ ਫਰਮਾਓ ਲੈ ਲੋ ਲਹਾ ਸਾਧ ਸੰਗਤ ਜੀ ਗੁਰੂ ਨਾਨਕ ਦੀ ਬਾਣੀ ਦਾ ਇਹ ਦੂਰ ਹਨੇਰਾ ਕਰਦੀ ਐ ਜਿਉਂ ਜਿਉ ਇਸ ਨੂੰ ਜਾਣੀ ਦਾ ਲੈ ਲੋ ਲਹਾ ਸਾਧ ਸੰਗਤ ਜੀ ਗੁਰੂ ਨਾਨਕ ਦੀ ਬਾਣੀ ਦਾ ਇਹ ਦੂਰ ਹਨੇਰਾ ਕਰਦੀ ਐ ਜਿਸਨੂੰ ਜਉ ਜੋ ਇਸਨੂੰ ਜਾਣੀ ਦਾ ਏਕ ਓੰਕਾਰ ਉਚਾਰਿਆ ਗੁਰੂ ਨਾਨਕ ਅਵਤਾਰ ਤਾਰ ਜਦ ਆਏ ਸੀ ਕਰਨ ਹਰ ਉਹ ਏਕੋ ਹੈ ਸਭ ਜਗ ਨੂੰ ਆਖ ਸੁਣਾਏ ਸੀ ਐਤੋ ਹੀ ਮੁਡ ਬੰਨਿਆ ਸੀ ਇਸ ਗੁਰੂ ਰੂਪ ਗੁਰਬਾਣੀ ਦਾ ਲੈ ਲੋ ਲਹਾ ਸਾਧ ਸੰਗਤ ਜੀ ਗੁਰਨਾਨਕ ਦੀ ਬਾਣੀ ਦਾ ਜੋ ਜੋ ਅੱਖਰ ਗੁਰਬਾਣੀ ਅੰਦਰ ਗੁਰੂ ਸਾਹਿਬ ਨੇ ਲਿਖਿਆ ਏ ਇੱਕ ਇੱਕ ਅੱਖਰ ਤੋਂ ਮਿਲਦੀ ਸਾਨੂੰ ਸੱਚੀ ਸੁੱਚੀ ਸਿੱਖਿਆ ਏ ਪੜ ਸੁਣ ਕੇ ਗੁਰਬਾਣੀ ਨੂੰ ਹੈ ਅੰਦਰਲਾ ਸੁਖਮਾਣੀ ਦਾ ਲੈ ਲੋ ਲਹਾ ਸਾਧ ਸੰਗਤ ਜੀ ਗੁਰੂ ਨਾਨਕ ਦੀ ਬਾਣੀ ਦਾ ਲੈ ਲੋ ਲਹਾ ਸਾਧ ਸੰਗਤ ਜੀ ਪੜੀਏ ਬਾਣੀ ਕੇ ਗੁਰਾਂ ਦੀ ਇਹ ਸੱਚ ਦਾ ਰਾਹ ਵਖਾਉਂਦੀ ਹੈ ਜੇ ਜੀਵਨ ਵਿੱਚ ਮੁਸ਼ਕਲ ਆਵੇ ਤਾਂ ਬਾਣੀ ਪਾਰ ਲਗਾਉਂਦੀ ਹੈ ਵਿੱਚ ਹਿਰਦੇ ਦੇ ਕਰੀਏ ਵਾਸਾ ਭਵਜਲ ਤੋਂ ਪਾਰ ਲਗਾਣੀ ਦਾ ਲੈ ਲੋ ਲਹਾ ਸਾਧ ਸੰਗਤ ਜੀ ਗੁਰੂ ਨਾਨਕ ਦੀ ਬਾਣੀ ਦਾ ਲੈ ਲੋ ਲਹਾ ਸਾਧ ਸੰਗਤ ਜੀ ਜਦ ਗੁਰਬਾਣੀ ਸਾਧ ਸੰਗਤ ਜੀ ਹਿਰਦੇ ਅੰਦਰ ਚੰਦੀ ਐ ਗੁਰੂ ਸਾਹਿਬ ਦੀ ਸਿੱਖਿਆ ਸਾਨੂੰ ਵਾਰ-ਵਾਰ ਸਮਝਾਉਂਦੀ ਐ ਗੁਰੂ ਸਾਹਿਬ ਦੀ ਸਿੱਖਿਆ ਸਾਨੂੰ ਦੇਵੇ ਸੁਨੇਹਾ ਨਾਮ ਜਪਣ ਵੰਡ ਸ਼ਕਨ ਤੇ ਸੱਚੀ ਕਿਰਤ ਕਮਾਣੀ ਦਾ ਲੈ ਲੋ ਲਹਾ ਸਾਧ ਸੰਗਤ ਜੀ ਗੁਰੂ ਨਾਨਕ ਦੀ ਬਾਣੀ ਦਾ ਲੈ ਲੋ ਲਹਾ ਸਾਧ ਸੰਗਤ ਜੀ ਇਹ ਅੰਦਰੋਂ ਮੈਲ ਵੀ ਲਾਉਂਦੀ ਹੈ ਇਹ ਅੰਦਰੋਂ ਮੈਲ ਵੀ ਲਾਉਂਦੀ ਹੈ ਓ ਲੱਗੀ ਜਨਮਾਂ ਜਨਮਾਂ ਦੀ ਇਹ ਨਵੀਂ ਸ਼ੁਰੂਆਤ ਕਰਾਂਦੀ ਹੈ ਜੀਵਨ ਵਿੱਚ ਚੰਗੇ ਕਰਮਾਂ ਦੀ ਇਹ ਨਵੀਂ ਸ਼ੁਰੂਆਤ ਕਰਾਂਦੀ ਹੈ ਜੀਵਨ ਵਿੱਚ ਚੰਗੇ ਕਰਮਾਂ ਦੀ ਹੈ ਨਹੀਂ ਕੋਈ ਇਸ ਦਾ ਸਾਨੀ ਹੈ ਨਹੀਂ ਕੋਈ ਇਸ ਦਾ ਸਾਨੀ ਤੇ ਫਰਸ਼ੋਂ ਅਰਸ਼ ਪਚਾਣੀ ਦਾ ਲੈ ਲੋ ਲਹਾ ਸਾਧ ਸੰਗਤ ਜੀ ਗੁਰੂ ਨਾਨਕ ਦੀ ਪਾਣੀ ਦਾ ਲੈ ਲੋ ਲਹਾ ਸਾਧ ਸੰਗਤ ਜੀ ਜੇ ਮਨ ਦੇ ਅੰਦਰ ਵਸ ਜਾਵੇ ਤਾਂ ਅੰਮ੍ਰਿਤ ਵਰਖਾ ਕਰਦੀ ਹੈ ਜੇ ਲੀਨ ਦੇ ਵਿੱਚ ਹੋ ਜਾਈਏ ਤਾਂ ਰਾਮ ਖੁਮਾਰੀ ਚੜਦੀ ਹੈ ਰਾਜ ਰਜ ਪੀਲਾ ਅਣਖੀ ਅਮਰਤ ਰਾਜ ਰਜ ਪੀਲਾ ਅਣਖੀ ਅਮਰਤ ਸੱਚਾ ਅਮਰਤ ਵਰਸਾਣੀ ਦਾ ਲੈ ਲੋ ਲਾਹਾ ਸਾਧ ਸੰਗਤ ਜੀ ਗੁਰੂ ਨਾਨਕ ਦੀ ਬਾਣੀ ਦਾ ਇਹ ਦੂਰ ਹਨੇਰਾ ਕਰਦੀ ਹੈ ਜਿਉਂ-ਜਿਉ ਇਸ ਨੂੰ ਜਾਣੀ ਦਾ ਲੈ ਲੋ ਲਾਹਾ ਸਾਧ ਸੰਗਤ ਜੀ ਗੁਰੂ ਨਾਨਕ ਦੀ ਬਾਣੀ ਦਾ ਲੈ ਲੋ ਲਹਾ ਸਾਧ ਸੰਗਤ ਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਕਤ ਦੇ ਹਾਕਮਾਂ ਦੇ ਨਾਲ ਟੱਕਰ ਲੈਣ ਵਾਲਾ ਜੇ ਕੋਈ ਹੋਇਆ ਤੇ ਗੁਰੂ ਨਾਨਕ ਦੇਵ ਜੀ ਹੋਏ ਜਿਨ੍ਹਾਂ ਨੇ ਬਾਬਰ ਨਾਲ ਵੀ ਟੱਕਰ ਲਈ ਤੇ ਹੋਰ ਪੀਰਾਂ ਫਕੀਰਾਂ ਨਾਲ ਵੀ ਜਿਹੜੇ ਸਮਾਜ ਨੂੰ ਗਲਤ ਰਾਹ ਤੇ ਪਾ ਰਹੇ ਸਨ ਉਹਨਾਂ ਦੇ ਵੀ ਰੋਸ਼ਨੀ ਉਹਨਾਂ ਨੂੰ ਬਖਸੀ ਤੇ ਨਾਲ ਹੀ ਜੇ ਕੋਈ ਘਰ ਦੇ ਪਰਿਵਾਰ ਦੇ ਸੁੱਖਾਂ ਨੂੰ ਛੱਡ ਕੇ ਜੇ ਕੋਈ ਹੋਇਆ ਤੇ ਗੁਰੂ ਨਾਨਕੀ ਹੋਇਆ ਜਿਨੇ ਉਦਾਸੀਆਂ ਦੇ ਵਿੱਚ 12 12 13 13 ਸਾਲ ਲਾ ਕੇ ਘਰ-ਬਾਰ ਛੱਡ ਕੇ ਦੁਨੀਆਂ ਦੇ ਵਿੱਚ ਨਾਮ ਦਾ ਪ੍ਰਚਾਰ ਕਰਿਆ ਤੇ ਹਨੇ ਭਰਮਾਂ ਦੇ ਹਨੇਰੇ ਨੂੰ ਦੂਰ ਕਰਕੇ ਗਰੀਬਾਂ ਦਾ ਅੰਦੀਆ ਬਣ ਕੇ ਉਹਨਾਂ ਨੂੰ ਗੱਲ ਲਾਇਆ ਕੁਛ ਲੈਣਾ ਗੁਰਨਾੰਕ ਦੇਵ ਦੇ ਬਾਰੇ ਮੈਂ ਫੇਸ ਕਰ ਰਹੇ ਆ ਜੀ ਦਿਲੋਂ ਪ੍ਰਣਾਮ ਮੇਰਾ ਨਾਨਕ ਹਜੂਰ ਨੂੰ ਤਰੋਂ ਬਣੀ ਲੈ ਕੇ ਆਏ ਰਹਿਮਤਾਂ ਦੇ ਨੂਰ ਨੂੰ ਵਾਹ ਜੀ ਵਾਹ ਤੁਰੋਂ ਪ੍ਰਣਾਮ ਦਿਲੋਂ ਪ੍ਰਣਾਮ ਮੇਰਾ ਨਾਨਕ ਹਜੂਰ ਨੂੰ ਤੁਰੋਂ ਬਾਣੀ ਲੈ ਕੇ ਆਏ ਰਹਿਮਤਾਂ ਦੇ ਨੂਰ ਨੂੰ ਜਦੋਂ ਕੋਈ ਰੱਬੀ ਜੋਤ ਧਰਤੀ ਤੇ ਆਉਂਦੀ ਏ ਜਦੋਂ ਕੋਈ ਰੱਬੀ ਜੋਤ ਧਰਤੀ ਤੇ ਆਉਂਦੀ ਏ ਰੱਬ ਦੇ ਗਿਆਨ ਵਾਲੇ ਦੀਪ ਨੂੰ ਜਗਾਉਂਦੀ ਏ ਬਤੀ ਸੁੰਦਰ ਹਨੇਰਾ ਅਗਿਆਨਤਾ ਦਾ ਦੂਰ ਹੋ ਜਾਂਦਾ ਏ ਰਬ ਦੇ ਗਿਆਨ ਵਾਲੇ ਦੀਪ ਨੂੰ ਜਗਾਉਂਦੀ ਏ ਹਨੇਰਾ ਅਗਿਆਨਤਾ ਦਾ ਅਲੋਪ ਹੋ ਜਾਂਦਾ ਏ ਮਨ ਕਦੇ পাপ ਵੇੜੇ ਠੋਕਰਾਂ ਨਾ ਖਾਂਦਾ ਏ ਜਾਗਦਾ ਹੈ ਮਨ ਪੀ ਹਰ ਰਸ ਦੇ ਸਰੂਰ ਨੂੰ ਦਿਲੋਂ ਪ੍ਰਣਾਮ ਵੇਰਾ ਨਾਨਕ ਹਜੂਰ ਨੂੰ ਵਖ ਵਖ ਧਰਮਾਂ ਚ ਇੱਕੋ ਰੱਬ ਬੋਲਦਾ ਪਰਮਾਤਮਾ ਚ ਖੋਇਆ ਬੰਦਾ ਥਾਂ ਥਾਂ ਤੇ ਟੋਲਦਾ ਧਰਮ ਦੇ ਵਖੇੜਿਆ ਮਨੁੱਖਤਾ ਨੂੰ ਤੋੜਿਆ ਪਰ ਨਾਨਕ ਹਰ ਬੰਦਾ ਰੱਬ ਨਾਲ ਜੋੜਿਆ ਸੱਚ ਹੀ ਪਿਆਰਾ ਲਗੇ ਸੱਚ ਹੀ ਪਿਆਰਾ ਲਗੇ ਰਹਿਮਤਾਂ ਦੇ ਨੂਰ ਨੂੰ ਦਿਲੋਂ ਪ੍ਰਣਾਮ ਮੇਰਾ ਨਾਨਕ ਹਜੂਰ ਨੂੰ ਬਾਦਸ਼ਾਹ ਭਾਵੇਂ ਕੋਈ ਪੀਰ ਜਾਂ ਫਕੀਰ ਸੀ ਬੇਪਰਵਾਹ ਹੋ ਮੈਂ ਬੇਪਰਵਾਹ ਹਾਂ ਮਾਰੇ ਸੱਚ ਵਾਲੇ ਤਿਰਸੀ ਸਰਬ ਸੰਜੀਵਾਲਤਾ ਦਾ ਦਿੱਤਾ ਉਪਦੇਸ਼ ਸੀ ਝੂਠ ਅਗਿਆਨਤਾ ਦਾ ਦੂਰ ਕੀਤਾ ਪਰਮ ਅਤਿਪੇਖ ਸੀ ਉਠਦੇ ਬੱਦਲ ਸਭ ਲੰਘ ਗਏ ਦੂਰ ਨੂੰ ਦਿਲੋਂ ਪ੍ਰਣਾਮ ਵੇਰਾ ਨਾਨਕ ਹਜੂਰ ਨੂੰ ਹੱਕ ਦੀ ਕਮਾਈ ਵਾਲਾ ਦਿੱਤਾ ਹੋ ਕਾਇਣ ਕੇ ਹੱਕ ਦੀ ਕਮਾਈ ਵਾਲਾ ਦਿੱਤਾ ਹੋ ਕਾਇਣ ਕੇ ਹਕਮਾਂ ਦੀਆਂ ਪੂਰੀਆਂ ਚੋਂ ਖੂਨ ਪਹਿਚਾਣ ਕੇ ਕਿਰਤ ਦੀਆਂ ਰੋਟੀਆਂ ਦਾ ਹੋਰ ਮੁੱਲ ਪੈ ਗਿਆ ਸੱਚ ਦਾ ਸੂਰਜ ਜਦ ਲਾਲੋ ਘਰ ਵਗਿਆ ਕਿਰਤਿਆਂ ਨੂੰ ਗੱਲ ਲਾ ਤੋੜਿਆ ਘਰੂਰ ਨੂੰ ਦਿਲੋਂ ਪਰਨਾਮ ਮੇਰਾ ਨਾਨਕ ਹਜੂਰ ਨੂੰ ਪਰਬਤਾਂ ਤੇ ਜਾ ਕੇ ਜਦੋਂ ਪਰਬਤਾਂ ਤੇ ਜਾ ਕੇ ਜਦੋਂ ਜੀ ਨਾਨਕ ਖਲੋਗਿਆ ਜੋਗੀਆਂ ਦੀਆਂ ਧੂਣੀਆਂ ਦਾ ਸੇਕ ਠੰਡਾ ਹੋ ਗਿਆ ਬਹੁਤ ਹੀ ਸੁੰਦਰ ਜੋਗੀਆਂ ਦੀਆਂ ਧੂਣੀਆਂ ਦਾ ਸੇਕ ਠੰਡਾ ਹੋ ਗਿਆ ਵਿਚਾਰਾਂ ਕਰ ਬੋਲੇ ਤੇਰੀ ਤਨ ਹੈ ਕਮਾਈ ਤਨ ਰਬੀ ਜੋਤ ਜਿਹੜੀ ਤੇਰੇ ਚ ਸਮਾਈ ਜੋਗੀਆਂ ਦੇ ਮਨਾਂ ਦਾ ਹਨੇਰਾ ਕੀਤਾ ਦੂਰ ਨੂੰ ਦਿਲੋਂ ਪਰਨਾਮ ਹੈ ਰਾ ਨਾਨਕ ਹਜੂਰ ਨੂੰ ਤੋਰੋਂ ਬਾਣੀ ਲੈ ਕੇ ਆਏ ਰਹਿਮਤਾਂ ਦੇ ਨੂਰ ਨੂੰ ਦਿਲੋਂ ਪ੍ਰਣਾਮ ਮੇਰਾ ਨਾਨਕ ਹਜੂਰ ਨੂੰ ਨਾਨਕ ਹਜੂਰ ਨੂੰ ਸਭ ਤੋਂ ਪਹਿਲਾਂ ਮੈਂ ਮੈਡਮ ਰਜੀਂ ਦੇ ਰੋਜੀ ਜੀ ਦਾ ਤੇਹਦ ਲਈ ਤੁਹਾਨੂੰ ਆਦੀ ਹਾਂ ਜਿਨ੍ਹਾਂ ਦੀ ਬਦੌਲਤ ਮੈਂ ਤੁਹਾਡੇ ਦਰਸ਼ਨ ਕਰ ਰਿਹਾ ਹਾਂ ਬਹੁਤ ਹੀ ਸਤਿਕਾਰਯੋਗ ਹਸਤੀ ਹਨ ਸਾਡੇ ਕਵੀ ਜਗਤ ਦੇ ਵਿੱਚ ਤੇ ਮੈਂ ਇਹਨਾਂ ਦਾ ਤੇਹਦ ਲਈ ਧੰਨਵਾਦੀ ਹਾਂ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਟਾ ਸੁਣੀ ਪੁਕਾਰ ਦਤਾਰ ਪ੍ਰਭ ਗੁਰਨਾਨਕ ਜਗਮਾਹੇ ਪਠਾਇਆ ਉਹਨਾਂ ਨੇ ਆ ਕੇ ਇਸ ਧਰਤੀ ਦੇ ਉੱਤੇ ਸਭ ਤੋਂ ਪਹਿਲਾਂ ਜਦੋਂ ਨੇ ਦੇਖਿਆ ਕਿੰਨਾ ਜ਼ੁਲਮ ਜ਼ਬਰ ਹੋ ਰਿਹਾ ਕੋਈ ਔਰਤਾਂ ਦੀ ਇੱਜ਼ਤ ਪੱਤ ਨਹੀਂ ਹੈ ਕਿਸੇ ਦੀ ਵੀ ਸਨਮਾਨ ਜਿਹੜਾ ਕਿ ਅਮੀਰ ਹੈ ਗਰੀਬ ਨੂੰ ਲੁੱਟੀ ਜਾ ਹਰ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਬੇਰ ਪਿਆ ਪਿਆ ਹੋਇਆ ਸੀ ਧਰਤੀ ਦੇ ਉੱਤੇ ਉਨਾ ਨੇ ਔਰਤ ਨੂੰ ਸਨਮਾਨ ਸਭ ਤੋਂ ਪਹਿਲਾਂ ਇਸ ਗੱਲ ਨਾਲ ਦਿੱਤਾ ਕਿ ਪੰਡ ਜੰਮੀਏ ਪੰਡਿਤ ਨਮੀਏ ਪੰਡ ਮੰਗਣ ਵਿਆਹੋ ਪੰਡੋ ਚੱਲੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੂਆ ਪੰਡ ਭਾ ਲਈਏ ਪੰਡ ਮੂਆ ਪੰਡ ਭਾ ਲਈਏ ਪੰਡ ਹੋਵੇ ਬੰਧਾਨ ਸੁਖ ਮੰਦਾ ਆਖੀਏ ਜਿੱਤ ਜੰਮੇ ਰਾਜਾ ਉਹਨਾਂ ਨੇ ਇਸ ਨਿਹਾ ਦਿੱਤਾ ਔਰਤ ਜਾਤੀ ਦੇ ਲਈ ਸਭ ਤੋਂ ਪਹਿਲਾਂ ਸਨਮਾਨ ਜੂ ਉਹਨਾਂ ਨੇ ਦਿੱਤਾ ਕਿਉਂਕਿ ਉਸ ਵੇਲੇ ਜੋ ਹਨੇਰਾ ਪਿਆਇਆ ਸੀਗਾ ਉਹ ਸਾਰਾ ਹੀ ਜਾਨੀ ਕਿ ਸਮਾਜ ਦੇ ਵਿੱਚ ਰਿਸਪੈਕਟ ਨਹੀਂ ਸੀ ਕਿਸੇ ਦੀ ਹੋ ਰਹੀ ਜੋ ਕਿ ਹੋਣੀ ਚਾਹੀਦੀ ਸੀ ਉਹਨਾਂ ਨੇ ਇਹ ਸੁਨਿਯਾਤਾ ਸਾਨੂੰ ਉਹਨਾਂ ਨੇ ਬਾਣੀ ਜਿਹੜੀ ਰਚੀ ਸਭ ਤੋਂ ਪਹਿਲਾਂ ਉਹਨਾਂ ਨੇ ਅਕਾਲ ਪੁਰਖ ਬਾਰੇ ਨੂੰ ਉਹਨਾਂ ਦਾ ਰੂਪ ਉਹਨਾਂ ਦਾ ਆਕਾਰ ਦੱਸਿਆ ਕਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਤ ਸੱਚ ਹੈਪੀ ਸੱਚ ਨਾਨਕ ਹੋਸੀ ਪਿਸਾ ਉਹਨੇ ਉਸ ਅਕਾਲ ਪੁਰਖ ਬਾਈ ਦਾ ਰੂਪ ਦੱਸਿਆ ਕੋਣ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਫਿਰ ਉਹਨੇ ਬਾਣੀ ਸਭ ਤੋਂ ਪ੍ਰਮੁੱਖ ਬਾਣੀ ਜਪਜੀ ਸਾਹਿਬ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂ ਵਿੱਚ ਸ੍ਰੀ ਗੁਨਾਕ ਦੀ ਬਾਣੀ ਹੈ ਜਪਜੀ ਸਾਹਿਬ ਉਹ ਰਚੀ ਜਿਹਦੇ ਵਿੱਚ ਉਹਨਾਂ ਨੇ ਸ੍ਰਿਸ਼ਟੀ ਨੂੰ ਚਲਾਣ ਲਈ ਕਿਸ ਤਰ੍ਹਾਂ ਵਗੋ ਸਾਰੇ ਕੰਮ ਸਾਰਿਆਂ ਦੀ ਰੱਖਿਆ ਕਿਸ ਤਰ੍ਹਾਂ ਕਰ ਰਿਹਾ ਹੈ ਕਿਸ ਤਰ੍ਹਾਂ ਪਾਲਣਾ ਕਰ ਰਿਹਾ ਹੈ ਬੜਾ ਸੋਹਣਾ ਢੰਗ ਨਾਲ ਉਹਨਾਂ ਨੇ ਦੱਸਿਆ ਮੈਂ ਉਹਦੇ ਵਿੱਚੋਂ ਦੁੱਖ ਲੈਣਾ ਤੁਹਾਡਾ ਸ਼ਬਦ ਦੇ ਵਿੱਚੋਂ ਹੂੰ ਗੁਰਾਏ ਕੇ ਦੇ ਬੁਝਾਈ ਗੁਰਾਏ ਕੇ ਦੇ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰੀ ਨਜਾਈ ਗੁਰਾ ਇੱਕ ਦੇ ਬੁਝਾਈ ਥਾਪਿਆ ਨਜਾਈ ਕੀਤਾ ਨਾ ਹੋਏ ਥਾਪਿਆ ਨਜਾਈ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗੁਰਾਇਕ ਦੇ ਬੁਝਾਈ ਗੁਰਾਇਕ ਦੇ ਬੁਝਾਈ ਸਭਨਾ ਦੀਆ ਕਾ ਇਕ ਦਾਤਾ ਸੋ ਮੈਂ ਬਿਸਰੀ ਨਜਾਈ ਗੁਰਾ ਇੱਕ ਦੇ ਬੁਝਾਈ ਸੋ ਉਸ ਅਕਾਲ ਪੁਰਖ ਬਰਦਾ ਸ਼ੁਕਰਾਨਾ ਜਿਹੜਾ ਸਾਰੀ ਸ੍ਰਿਸ਼ਟੀ ਦਾ ਪਾਲਣ ਹਾਰ ਹੈ ਇਹਦੇ ਵਿੱਚ ਕੀਤਾ ਗਿਆ ਸੀ ਹੁਣ ਮੈਂ ਤੁਹਾਡੇ ਸਾਹਮਣੇ ਜੋ ਉਹਨਾਂ ਨੇ ਸਾਨੂੰ ਸਨੇਹਾ ਦਿੱਤਾ ਇਸ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ ਕਿਸ ਤਰ੍ਹਾਂ ਰਹਿਣਾ ਹੈ ਕਿਸ ਤਰ੍ਹਾਂ ਜਾਤ ਪਾਤ ਨੂੰ ਮਿਟਾਉਣਾ ਚਾਹੀਦਾ ਹੈ ਕਿਸ ਤਰ੍ਹਾਂ ਭੁੱਖ ਨੂੰ ਗਰੀਬਾਂ ਦੇ ਕਿਸ ਤਰ੍ਹਾਂ ਬੜਾ ਸੋਹਣਾ ਢੰਗ ਦੇ ਨਾਲ ਉਹਨਾਂ ਨੇ ਇੱਕ ਇੱਕ ਲਾਈਨ ਇੱਕ ਇੱਕ ਲਬਿ ਸੋਹਣੀ ਬਈ ਚੀਜ਼ ਹੈ ਖੁਦ ਜਿਓ ਔਰੋਂ ਕੋ ਵੀ ਜੀਣੇ ਦੋ ਯਹੀ ਤੋ ਹੈ ਜ਼ਿੰਦਗੀ ਕਾ ਰਾਸਤਾ ਤੁਮੇ ਅਮਨ ਔਰ ਸ਼ਾਂਤੀ ਕਾ ਵਾਸਤਾ ਖੁਦ ਜਿਓ ਔਰੋਂ ਕੋ ਵੀ ਜੀਣੇ ਦੋ ਖੁਦ ਜਿਓ औरों को भी जीने दो यही तो है गे जिंदगी का रास्ता तुम्हें अमन और शांति का बास्ता खुद जियो को भी जीने दो खुद जियो औरों को भी जीने दो यही तो है गे जिंदगी का रास्ता तुम्हें अमन और शांति का बास्ता तुम्हें अमन और शांति का बासता चमन में फूल खिलते भांति भांति के मगर सभी का होता एक ही चमन वो, वो, चमन में फूल खिलते भांति भांति के मगर सभी का होता एक ही चमन वो, वो, हो रहने वाले हम किसी भी प्रांत के है एक ही अपनी धरती एक ही बतन तो फिर खींचे खींचे से दिल है किस लिए तो फिर खींचे खींचे से दिल है किस लिए चलो दिलों में लेके एक ही लगन खुद जियो औरों को भी जीने दो यही तो है जे जिंदगी का रास्ता तुम्हें अमन और शांति का बासिता यही लिखा है गीता और कुरान में यही है बाणी नान को और कबीर की यही लिखा है गीता और कुरान में यही है बाणी नान की और कबीर की इसीलिए तो गांधी जी ने जान दी के समझे दुनिया बात फकीर की वा इसीलिए तो गांधी जी ने जान दी के समझे दुनिया बात ही उस फकीर की उन्हीं की जिंदगी है किसी काम की अच्छा। उन्हीं की जिंदगी है किसी काम की समझते हैं जो दूसरों की पीड़ भी खुद जियो और को भी जीने दो यही तो है जो जिंदगी का रास्ता तुम्हें अमन और शांति का वास्ता अलग अलग है भाषा अपनी तो भी क्या जी, के दिल ज समझे बो जुमा तो एक है अलग अलग है भाषा अपनी तो भी क्या भी। के दिल जो समझे बो जुमा तो एक है जी, पंजाब हो बंगाल हो मद्रास हो अच्छा, सभी का जय हिंदुस्तान तो एक है पंजाब हो बंगाल हो मद्रास हो सभी का जय हिंदोसिता तो एक है अल्लाह कहो ईश्वर कहो वह गुरु अल्लाह कहो ईश्वर कहो जा वह गुरु जहा है जाना वो निशा तो एक है खुद जियो और को भी जीने दो यही तो है जय जिंदगी का रास्ता तुम्हें अमन और शांति का वास्ता ਹਨੋਂ ਨੇ ਦੱਸਿਆ ਲੜਨਾ ਸੀ ਕਿਸਕੇ ਚੀਨ ਨਾਲ ਹੈ ਜੋ ਲੜਨਾ ਹੈ ਤੋ ਮਿਲਕੇ ਲੜੋ ਭੂਖ ਸੇ ਬੋ ਭੂਖ ਸਾਰੇ ਦੇਸ਼ ਕੋ ਜੋ ਖਾ ਰਹੀ ਜੋ ਲੜਨਾ ਹੈ ਤੋ ਮਿਲਕੇ ਲੜੋ ਭੂਖ ਸੇ ਬੋ ਭੂਖ ਸਾਰੇ ਦੇਸ਼ ਕੋ ਜੋ ਖਾ ਰਹੀ ਮਿਟਾਓ ਜਾਤ ਪਾਤ ਲੜੋ ਫੂਟ ਸੇ ਬੋ ਫੂਟ ਜੋ ਹਮਾਰੇ ਘਰ ਜਲਾ ਰਹੀ ਮਿਟਾਓ ਜਾਤ ਪਾਤ ਲੜੋ ਫੂਟ ਸੇ ਵੋ ਫੂਟ ਜੋ ਹਮਾਰੇ ਘਰ ਜਲਾ ਰਹੀ ਹੈ ਖੇਲ ਨਾ ਈ ਕੋਨੇ ਸੇ ਤੋ ਆਓ ਫਿਰ ਹੈ ਖੇਲ ਨਾ ਈ ਕੋਨੇ ਸੇ ਤੋ ਆਓ ਫਿਰ ਤੁਮੇ ਹੈ ਸੀਮਾ ਦੇਸ਼ ਕੀ ਬੁਲਾ ਰਹੀ ਖੁਦ ਜੀਓ ਔਰਾਂ ਕੋ ਵੀ ਜੀਣੇ ਦੋ ਯਹੀ ਤੋ ਹੈ ਜੈ ਜ਼ਿੰਦਗੀ ਕਾ ਰਾਸਿਤਾ तुम्हें अमन और शांति का वासता दिए दिवाली के जलाओ मिलके सब मनाओ गले मिलके सारे ईद भी दिए दिवाली के जलाओ मिलके सब मनाओ गले मिलके सारे ईद भी मिटा है भक्त सिंह जो अपने देश पे तो टीपू भी मिटा है और हमीद भी हे देश जिंदा क्यों के देश सबका है ना होती वरना जीने की उम्मीद भी खुद जियो औरों को भी जीने दो यही तो है जे जिंदगी करा सीता तुम्हें अमन और शांति का वासिता तुम्हें अमन और शांति का वासिता बहुत बहुत धन्यवाद जीवन का आधार गुरु है जीवन का आधार गुरु में बसा सारा संसार गुरु में बसा सारा संसार गुरु नहीं किसी की पूंजी गुरु नहीं किसी की पूंजी गुरु पर है सबका अधिकार गुरु बिना जीना क्या जीना गुरु बिना जी ना क्या जीना गुरु समान न कोई नाता गुरु सुझाए जीवन का अर्थ गुरु सुझाए जीवन का अर्थ गुरु बिना जीवन रहता व्यर्थ गुरु में बसे हैं राम रहीम गुरु में बसे हैं राम रहीम गुरु की वाणी गीता कुरान गुरु का बाइबल से है नाता गुरु ग्रंथ गुरु की गाथा गुरु का बाइबल से है नाता गुरु ग्रंथ गुरु की गाथा गुरु का ही करो गुण गुरु की है कल्याण गुरु कृपा का यही वरदान जन जन का हो कल्याण धन्यवाद श्री गुरु नानक देव जी के जन्मदिन पर एक कवि सम्मेलन का आयोजन किया जिसमें बहुत महान कवियों ने भाग लिया श्री गुरु नानक देव जी के जन्मदिन पर उनके उपदेश को बड़ी अच्छी तरीके से सुनाया और कवि सहबान ने बहुत ही अच्छे तरीके से श्री गुरु नानक देव जी का जन्म के उपलक्ष्य में सब बच्चों को बताया